ऐ अल्लाह, हम तेरी ही इबादत करते हैं और तुझी से मदद मांगते हैं। आवाज़ की दुनिया के दोस्तों, अस्सलाम वालेकुम। मेरे एनिमल टीवी ते खुश आमदीद। मैं ताड़ा मेज़बान मुहम्मद अफजल ते तुसी वेखते पे हो मेरे एनिमल टीवी। मेरा एनिमल टीवी लाइक करो, सबसक्राइब करो, शुक्रिया। ते नाल ही लगे बैल आइकॉन दे बटन दबाओ ताकि मेरी हर नवी आने वाली लेटेस्ट वीडियो दोस्तों मेरे तक सब तो पहले पहुंचे। जनाब मेरी दुआ है, मेरे दोस्त वीर, मेरे सब्सक्राइबर और मेरा एनिमल टीवी दे नाल प्यार करने वाले जिथे भी वस रहे हैं, खुश वस रहे हैं, अल्लाह तला की ढेर रहमत नाजल हो रही है। जनाब अज दोस्तों वीर की खिदमत के सहीवाल, प्योर सहीवाल, प्योर सहीवाल, अल्लाह के फजल के नाल पंजाब की सूबा, पंजाब की एक शान है, पहचान है। तो अज का जानवर भी अल्लाह के फजल के नाल सूबा पंजाब की शान तो पहचान ही है। सहीवाल, प्योर सहीवाल, पहला वारा सूई है जनाब, मूँह चार दंद शर्तिया सूई में जनाब हो गया 2 घंटे या 3 घंटे, मालिक की जबानी पूछ लाँगे 3 घंटे या 2 घंटे। बाकी जेर पा लीए, मुकम्मल डिलीवरी हो चुकी है, बच्छा दिता है माशाल्लाह। और अज का जिहड़ा जानवर है बड़ा टॉप क्लास पीस है, बड़ा नवाब जानवर है, सिरों कोनी है जनाब माशाल्लाह, ते ताज़ा सूई है। दिखावांगे दोस्तों वीरां नूं गां भी। बाकी जनाब मेरे एनिमल टीवी का एक नारा है, मिशन है घर का दुध घर की चाह ला फेंटा तो पी चाह। इस मिशन से मेरा एनिमल टीवी का काफिला रवा दवा ਇਹ ਭਾਈ ਅਰਸ਼ਦ ਸਾਹਿਬ ਨੇ ਜਨਾਬ ਚੋਰ ਸਾਹਿਬ ਗਾਏ ਸੂਈ ਨੂੰ ਕਿੰਨੀ ਦੇਰ ਹੋ ਗਈ? ਤਕਰੀਬਨ 3 ਤੋਂ 4 ਘੰਟੇ ਹੋ ਗਏ। ਅੱਛਾ, 3 ਤੋਂ 4 ਘੰਟੇ ਹੋ ਗਏ। 3 ਤੋਂ 4 ਘੰਟੇ, 3 ਤੋਂ 4 ਘੰਟੇ ਜਨਾਬ ਸੂਈ ਨੂੰ ਹੋ ਗਿਆ, ਬਾਕੀ ਜੇਰ ਪਾ ਲਈ, ਮੁਕੰਮਲ ਡਿਲੀਵਰੀ ਹੋ ਚੁੱਕੀ, ਹਰ ਚੀਜ਼ ਆਪਣੇ ਕੋਲ ਮੁਕੰਮਲ, ਬਿਲਕੁਲ ਠੀਕ ਹੋ ਗਿਆ। ਗਾਏ ਦਹਾਨੇ ਆ ਦੋਸਤਾਂ ਵੀਰਾਂ, ਬਿਲਕੁਲ ਨਾਲ ਨਾਲ ਗੱਲਾਂ ਸ਼ੇਅਰ ਕਰਨੇ, ਦਿਖਾਓ ਜੀ ਗਾਏ। ਲਓ ਜੀ ਦੋਸਤੋ, ਗਾਏ ਆ ਗਈ ਮਾਸ਼ਾਅੱਲਾ ਦੋਸਤਾਂ ਵੀਰਾਂ ਦੇ ਸਾਹਮਣੇ, ਸਹੀਵਾਲ, ਪਿਓਰ ਸਹੀਵਾਲ ਦੇ ਵਿੱਚ ਮਾਸ਼ਾਅੱਲਾ ਵੱਛਾ ਦਿੱਤਾ ਹੈ ਜਨਾਬ ਗਾਏ ਮਾਸ਼ਾਅੱਲਾ, ਪਹਿਲਾ ਵਾਰਾ ਸੂਈਏ ਗਾਏ, ਵੇਖ ਲਓ ਕਿਤਨੀ ਖੂਬਸੂਰਤੀਆਂ ਦੇ ਵਿੱਚ ਹੈ ਮਾਸ਼ਾਅੱਲਾ। ਔਰ ਸਹੀਵਾਲ ਹੀ ਰੰਗ ਹੈ, ਸਹੀਵਾਲ ਕਰਾਸ ਦੇ ਵਿੱਚ ਹੈ ਮਾਸ਼ਾਅੱਲਾ, ਪਿਓਰ ਸਹੀਵਾਲ। ਔਰ ਗਾਏ ਦਾ ਜਿਸਮ ਬੜਾ ਪਿਆਰਾ, ਬੁੱਤ ਬਹੁਤ ਪਿਆਰਾ ਮਾਸ਼ਾਅੱਲਾ ਅੱਲਾਹ ਤਾਲਾ ਨੇ ਬਣਾਇਆ, ਔਰ ਖੂਨ ਪਿੱਤ ਨਾਲ ਜਨਾਬ ਲੱਦੀ ਹੋਈ ਹੈ, ਕੱਦ ਪੂਰਾ ਚੰਗੀ ਲੰਬੀ ਮਾਸ਼ਾਅੱਲਾ, ਕੱਦ ਵੀ ਮਾਸ਼ਾਅੱਲਾ ਨਵਾਬੀ, ਔਰ ਵੇਲ ਛੇਲ ਬਹੁਤ ਹੈ ਗਾਂ ਦੇ ਕੋਲ ਮਾਸ਼ਾਅੱਲਾ। ਬਾਕੀ ਖੂਬਸੂਰਤੀਆਂ ਦੀ ਭਰੀ ਹੋਈ ਔਰ ਪੂਰੀ ਅਸੀਲ ਸ਼ਰਾਫ, ਕਿਉਂ ਜੀ ਚੋਰੀ ਸਾਹਿਬ? ਬਿਲਕੁਲ ਅਸੀਲ ਸ਼ਰਾਫ ਜਨਾਬ, ਔਰ ਸਾਫ਼ ਸੁਥਰੀ ਵਹਿੜੀ, ਸੁੱਚੀ ਅਤੇ ਖਰੀ ਮਾਸ਼ਾਅੱਲਾ। ਦੋਸਤਾਂ ਨੂੰ ਲਾਈਵ ਪਹਿਲੀਆਂ ਧਾਰਾਂ, ਪਹਿਲਾ ਬੋਲਾ ਕੱਢ ਕੇ ਦਿਖਾਵਾਂਗੇ ਜਨਾਬ, ਪਹਿਲਾ ਨਾੜਾ ਕੱਢ ਕੇ ਦਿਖਾਵਾਂਗੇ ਦੋਸਤਾਂ ਵੀਰਾਂ ਨੂੰ। ਬਾਕੀ ਜਨਾਬ ਗਾਏ ਦੋਸਤਾਂ ਦੇ ਸਾਹਮਣੇ ਸਿਰੋਂ ਜਨਾਬ, ਜੈਨ ਮੈਨ ਕੋਨੀ ਜਨਾਬ, ਪਹਿਲਾ ਵਾਰਾ ਸੂਈ, ਔਰ ਸਹੀਵਾਲ ਝਾਲਰ ਵੀ ਦੋਸਤਾਂ ਦੇ ਸਾਹਮਣੇ, ਸਹੀਵਾਲ ਧੁੰਨ ਵੀ, ਔਰ ਜਿਹੜਾ ਆਰਡਰ ਕੁਆਲਿਟੀ ਹੈ ਮਾਸ਼ਾਅੱਲਾ ਨਵਾਬੀ ਵੈੜੀ ਦੇ ਕੋਲ ਆਰਡਰ ਕੁਆਲਿਟੀ। ਇਹ ਜਨਾਬ ਫੇਸ ਕੁਆਲਿਟੀ ਵੇਖ ਲਓ, ਫੇਸ ਕੁਆਲਿਟੀ ਮਾਸ਼ਾਅੱਲਾ ਸਹੀਵਾਲ ਵਾਲੀ, ਕਿਉਂਕਿ ਸਹੀਵਾਲ ਹੀ ਹੈ ਪਿਓਰ, ਅਤੇ ਸਹੀਵਾਲ ਵਾਲੇ ਫੇਸ ਕੁਆਲਿਟੀ ਹੈ। ਸਿਰੋਂ ਕੋਨੀ, ਕੰਨ ਵੇਖ ਲਓ, ਝਾਲਰ ਵੇਖ ਲਓ, ਜਿਸਮ ਵੇਖ ਲਓ ਮਾਸ਼ਾਅੱਲਾ, ਨਵਾਬ ਹੈ ਵੈੜੀ ਹਰ ਪਾਸੋਂ ਮਾਸ਼ਾਅੱਲਾ। ਔਰ ਪਹਿਲਾ ਵਾਰਾ ਸੂਈਏ, ਮੂੰਹ ਚਾਰ ਦੰਦ ਹੈ, ਦੰਦ ਵੀ ਦਿਖਾ ਦਿਓ, ਐਂਡ 'ਤੇ ਵੀ ਦਿਖਾਵਾਂਗੇ, ਹੁਣ ਵੀ ਦਿਖਾ ਦਿੰਦੇ ਹਾਂ ਮਾਸ਼ਾਅੱਲਾ। ਸੀਲ ਮਾਸ਼ਾਅੱਲਾ, ਚਾਰ ਮੋਤੀ ਗੁੱਡ ਹੋ ਗਿਆ ਚੋਰੀ ਸਾਹਿਬ, ਮਾਸ਼ਾਅੱਲਾ ਦਿਲ ਰਾਜ਼ੀ ਕਰ ਦਿੱਤਾ ਜੀ, ਬਾਹਰ ਮਸਾਲਾ ਦੇ ਲੈਣਾ ਮਾਸ਼ਾਅੱਲਾ। ਅੱਜ ਦਾ ਜਾਨਵਰ ਤੇਰਾ ਸੁੱਚਾ ਅਤੇ ਖਰਾ ਮਾਸ਼ਾਅੱਲਾ, ਕੀ ਬਾਤ! ਬੇਬੀਆਂ ਭੈਣਾਂ ਵੀ ਇਹਨੂੰ ਮਸਾਲਾ ਦੇ ਸਕਦੀਆਂ, ਪਹਿਲਣ ਹੋ ਕੇ ਇਤਨਾ ਸਾਫ਼ ਸੁਥਰਾ ਔਰ ਸੁੱਚਾ ਅਤੇ ਖਰਾ ਜਾਨਵਰ ਕਦੇ ਕਦੇ ਸਾਹਮਣੇ ਆਉਂਦਾ। ਔਰ ਜਿਹੜਾ ਆਰਡਰ ਕੁਆਲਿਟੀ ਹੈ ਗਾਏ ਦੇ ਕੋਲ, ਨਵਾਬੀ ਉੱਥੇ ਲੈ ਚਲੋ ਜੀ, ਇਹਨੂੰ ਟੋਰ ਕੇ ਵੀ ਦਿਖਾਓ, ਵੱਛਾ ਚੱਕਣਾ ਵੱਛਾ ਚੱਕ ਲਓ, ਇਹ ਮਾਸ਼ਾਅੱਲਾ ਦੂਸਰੀ ਸਾਈਡ ਤੋਂ ਮਾਸ਼ਾਅੱਲਾ, ਔਰ ਨਵਾਬੀ ਆਰਡਰ ਕੁਆਲਿਟੀ ਮਾਸ਼ਾਅੱਲਾ, ਮਾਸ਼ਾਅੱਲਾ ਆਰਡਰ ਕੁਆਲਿਟੀ
ਬੜਾ ਚੰਗਾ ਮਾਸ਼ਾਅੱਲਾ ਪਹਿਲਣ ਹੋ ਕੇ, ਔਰ ਜਿਹੜਾ ਥਣ ਹੈ ਨਵਾਬੀ ਮਾਸ਼ਾਅੱਲਾ, ਅੱਲਾਹ ਤਾਲਾ ਨਜ਼ਰੇ ਬਾਦ ਤੋਂ ਬਚਾਏ ਮਾਸ਼ਾਅੱਲਾ। ਅਗਾੜੀ ਵੇੜੀ ਦੇ ਕੋਲ ਬਹੁਤ ਵੱਡੀ ਪਛਾੜੀ ਵੀ ਬਹੁਤ ਹੈ, ਲੇਕਿਨ ਪਛਾੜੀ ਦੀ ਨਿਸਬਤ ਅਗਾੜੀ ਵੈੜੀ ਦੇ ਕੋਲ ਬੜੀ ਨਵਾਬ। ਹਵਾਨਾ ਲਿਬਾਸ ਮਾਸ਼ਾਅੱਲਾ ਧੁੰਨ ਤੱਕ ਲੱਗ ਗਿਆ, ਧੁੰਨ ਤੱਕ ਮਾਸ਼ਾਅੱਲਾ ਲਿਬਾਸ ਹਵਾਨਾ ਲੱਗਿਆ ਮਾਸ਼ਾਅੱਲਾ। ਲੰਬੀ ਟੋਰੋ ਮਾਸ਼ਾਅੱਲਾ, ਚੋਰੀ ਸਾਹਿਬ ਤੇਰਾ ਜਾਨਵਰ ਅੱਜ ਦਾ ਬਹੁਤ ਪਿਆਰਾ, ਬਹੁਤ ਨਵਾਬੀ ਜਾਨਵਰ, ਲੈ ਆਓ ਵਾਪਸ, ਲੈ ਆਓ ਨਵਾਬੀ ਜਾਨਵਰ ਅੱਜ ਦਾ ਤੇਰਾ। ਅੱਜ ਚੋਰੀ ਸਾਹਿਬ ਛਾ ਗਿਆ, ਅੱਜ ਸ਼ੌਕ ਪੂਰੇ ਹੋਣਗੇ ਦੋਸਤਾਂ ਵੀਰਾਂ ਦੇ ਮਾਸ਼ਾਅੱਲਾ, ਕਿਉਂਕਿ ਪਹਿਲਣ ਵੈੜੀ ਅਤੇ ਏਡੀ ਅਸੀਰ ਸ਼ਰਾਫ, ਏਡੀ ਖੂਬਸੂਰਤ ਮਾਸ਼ਾਅੱਲਾ, ਇਹ ਕਦੇ ਕਦੇ ਸਾਹਮਣੇ ਆਉਂਦੇ ਨੇ। ਜੈਨ ਮੈਨ ਕੋਨੀ ਸਹੀਵਾਲ ਪਿਓਰ ਦੇ ਵਿੱਚ ਮਾਸ਼ਾਅੱਲਾ ਅੱਜ ਦਾ ਜਾਨਵਰ ਨਵਾਬ ਜਾਨਵਰ। ਪਿੱਛੇ ਵੱਛਾ ਜਨਾਬ, ਵੱਛਾ ਦਿੱਤਾ ਨਾ, ਵੱਛਾ ਦਿੱਤਾ ਮਾਸ਼ਾਅੱਲਾ। ਇਹ ਦੋਸਤ ਵੀਰ ਵੇਖ ਲੈਣ, ਵੱਛਾ ਵੀ ਪਿਓਰ ਸਹੀਵਾਲ ਦੇ ਵਿੱਚ ਗੁੰਮਟ ਵਾਲਾ ਚੰਗਾ ਬੁੱਲ ਬਣਨ ਵਾਲਾ ਮਾਸ਼ਾਅੱਲਾ, ਕਿਉਂਕਿ ਮਾਂ ਪਿਓ ਸਾਈ ਵਾਲਣ ਹੈ। ਅਤੇ ਇਹ ਜੇਰ ਪਾ ਲਈ, ਜੇਰ ਦਿਖਾਓ ਜੀ, ਇਹ ਜਨਾਬ ਦੋਸਤ ਵੀਰ ਵੇਖ ਲੈਣ, ਜੇਰ ਪਾ ਲਈਏ, ਮੁਕੰਮਲ ਡਿਲੀਵਰੀ ਹੋ ਚੁੱਕੀ ਹੈ ਜਨਾਬ। ਬਾਕੀ ਹੁਣ ਧਾਰਾਂ ਚੈੱਕ ਕਰਾਵਾਂਗੇ, ਅਸੀਲਤਾਂ ਚੈੱਕ ਕਰਾਵਾਂਗੇ, ਅਤੇ ਜਿਹੜਾ ਅੱਜ ਦਾ ਮੁੱਲ ਹੋਏਗਾ ਨਹਾਇਤ ਮੁਨਾਸਬ, ਕਿਉਂਕਿ ਮੇਰਾ ਐਨੀਮਲ ਟੀਵੀ ਕੰਮ ਹੀ ਕਰਦਾ ਸਸਤਾ ਮਾਸ਼ਾਅੱਲਾ। ਚੋਰੀ ਸਾਹਿਬ ਬੱਚਾ ਲਾਓ, ਬਰਤਨ ਲਿਆਓ, ਥਣ ਪਾਸ ਕਰੀਏ। ਅੱਜ ਦਾ ਜਾਨਵਰ ਵੇਖ ਲੈਣ ਦੋਸਤ ਵੀਰ, ਕਿਤਨਾ ਸ਼ੌਕੀਨ ਜਾਨਵਰ ਹੈ, ਔਰ ਮੁੱਲ ਵੀ ਵੇਖਣਾ ਸਾਡਾ ਅੱਜ ਦਾ, ਅੱਜ ਦਾ ਮੁੱਲ ਵੀ ਵੇਖਣਾ ਦੋਸਤਾਂ ਵੀਰਾਂ ਨੇ ਕਿ ਮੁੱਲ ਕਿੰਨਾ ਹੈ ਮਾਸ਼ਾਅੱਲਾ। ਮੈਂ ਕਹਿੰਦਾ ਹੁੰਦਾ ਜਨਾਬ, ਲੱਖਾਂ ਵਾਲਾ ਜਾਨਵਰ ਲੈਣ ਦੀ ਕੋਈ ਲੋੜ ਨਹੀਂ, ਮੇਰਾ ਐਨੀਮਲ ਟੀਵੀ ਤੋਂ ਹਜ਼ਾਰਾਂ ਵਾਲਾ ਜਾਨਵਰ ਲੈਣਾ ਅਤੇ ਲੱਖਾਂ ਵਾਲੇ ਦਾ ਮੁਕਾਬਲਾ ਕਰੇਗਾ ਅੱਲਾ ਦੇ ਫਜ਼ਲ ਦੇ ਨਾਲ। ਇਹ ਮੇਰੀ ਆਵਾਜ਼ ਹੁੰਦੀ ਦੋਸਤਾਂ ਵੀਰਾਂ ਨੂੰ ਕਿ ਹਜ਼ਾਰਾਂ ਵਾਲਾ ਜਾਨਵਰ ਲਓ ਅਤੇ ਮੇਰਾ ਐਨੀਮਲ ਟੀਵੀ ਤੋਂ ਲਓ, ਲੱਖਾਂ ਵਾਲੇ ਦਾ ਮੁਕਾਬਲਾ ਕਰੇਗਾ। ਇਹ ਹਵਾਨਾ ਵਾਸ ਲਿਬਾਸ ਵੇਖੋ, ਅਗਲੀ ਸਾਈਡ ਤੋਂ ਧੁੰਨ ਤੱਕ ਕਿੱਡਾ ਚੌੜਾ ਮਾਸ਼ਾਅੱਲਾ, ਅਗਾੜੀ ਵੈੜੀ ਦੀ 500,000 ਵਾਲੀ ਹੈ ਮਾਸ਼ਾਅੱਲਾ। ਔਰ ਜਿਹੜਾ ਅੱਜ ਮੁੱਲ ਹੋਣਾ ਫਰੀ ਦੇਣੀ ਹੈ ਦੋਸਤਾਂ ਵੀਰਾਂ ਨੂੰ, ਪਿਆ ਲਓ ਪਾਲ, ਪਿਆ ਲਓ, ਨਾਲੇ ਪਸਮਾ ਕਰ ਲਿਆਗੀ। ਸੁਬਾਹ ਦਾ ਖੁੱਲ੍ਹਾ ਹੀ ਫਿਰਦਾ, ਖੁੱਲ੍ਹਾ ਹੀ ਫਿਰਦਾ ਮਾਸ਼ਾਅੱਲਾ, ਮਾਸ਼ਾਅੱਲਾ, ਠੀਕ ਹੋ ਗਿਆ, ਠੀਕ ਹੋ ਗਿਆ। ਸੁਬਾਹ ਦਾ ਤੈਨੂੰ ਦੱਸੀ ਜਾਣਾ ਵੀ ਖੁੱਲ੍ਹਾ ਹੀ ਫਿਰਦਾ ਬੱਚਾ। ਅੱਛਾ ਪਹਿਲੇ ਪੀਂਦਾ ਰਿਹਾ ਤਾਂ ਪਿਛਾੜਦਾ ਪਿਆ, ਚਲੋ ਕੋਈ ਗੱਲ ਨਹੀਂ, ਤੁਸੀਂ ਆਪਣਾ ਨਾ ਆਪਾਂ ਥਣ ਪਾਸ ਕਰੀਏ, ਚੁਆਈ ਕਰਕੇ ਦਿਖਾਈਏ, ਥੋੜ੍ਹਾ ਜਿਹਾ ਗਾਈ ਨੂੰ ਪਰਾਂ ਨਹੀਂ ਕਰ ਲੈਂਦਾ, ਅਸੀਂ ਪਰਾਂ ਨੂੰ ਥੋੜ੍ਹਾ ਜਿਹਾ ਪਰਾਂ ਨੂੰ ਕਰ ਲਓ, ਮੈਂ ਇੱਧਰ ਆਸਾਨੀ ਨਾਲ ਬੈਠ ਜਾਵਾਂਗਾ, ਥੋੜ੍ਹਾ ਧੱਕਾ ਲਾ ਕੇ ਪਰਾਂ ਨੂੰ ਕਰ ਲੈ, ਚੱਲ ਬਸ ਬਸ ਬਸ, ਲੈ ਸੋਹਣਾ ਹੋ ਗਿਆ ਬਾਈ। ਹੁਣ ਜਨਾਬ ਧਾਰਾ ਮਾਰ, ਮਾਸ਼ਾਅੱਲਾ ਲੱਤਾਂ ਖਿਲਾਰ ਕੇ ਖੜੀ ਹੋ ਗਈ ਹੈ ਬਾਈ, ਮਾਸ਼ਾਅੱਲਾ, ਬੜੀ ਅਸੀਲ ਸ਼ਰਾਫ ਮਾਸ਼ਾਅੱਲਾ, ਪਹਿਲਣ ਹੋ ਕੇ ਸੁੱਚੀਆਂ ਤਾਰਾਂ। ਹਾਂਜੀ ਹਾਂਜੀ, ਠੀਕ ਹੋ ਗਿਆ, ਮਾਸ਼ਾਅੱਲਾ, ਬੜਾ ਸੋਹਣਾ ਥਣ ਔਰ ਸੋਹਣੀਆਂ ਵਿਰਲਾਂ ਤੇ ਮਾਸ਼ਾਅੱਲਾ, ਔਰ ਜਿਹੜਾ ਹਵਾਨਾ ਲਿਬਾਸ ਹੈ ਮਾਸ਼ਾਅੱਲਾ, ਕਿਆ ਬਾਤ ਹੈ। ਪਹਿਲਣ ਵਿਹੜੀ ਮੂੰਹੋਂ ਚਾਰ ਦੰਦ ਪਿਓਰ ਸਹੀਵਾਲ, ਬੜੀ ਢੇਰ ਸਾਰੇ ਦੋਸਤਾਂ ਦੀ ਡਿਮਾਂਡ ਸੀ ਕਿ ਜਨਾਬ ਸਾਨੂੰ ਪਿਓਰ ਸਹੀਵਾਲ ਦਿਓ, ਅਤੇ ਅੱਜ ਦਾ ਤੋਹਫਾ ਉਹਨਾਂ ਦੋਸਤਾਂ ਲਈ ਹੈ ਪਿਓਰ ਸਹੀਵਾਲ। ਚੁਆਈ ਕਰੀਏ ਜੀ, ਕਰੋ ਕਰੋ, ਪੜ੍ਹੋ ਬਿਸਮਿਲ੍ਲਾ ਜਨਾਬ,
ਮਾਸ਼ਾਅੱਲਾ ਅਰਸ਼ਦ ਭਾਈ ਬੜਾ ਚਵਾ ਸੋਹਣਾ ਮਾਸ਼ਾਅੱਲਾ ਮੋਟਾ ਚਵਾ ਉਹ ਨਰਮ ਹੈ ਭਾਈ ਬਿਲਕੁਲ ਮਾਸ਼ਾਅੱਲਾ ਅਰਸ਼ਦ ਭਾਈ ਕਿਆ ਬਾਤ ਹੈ ਦਿਲ ਰਾਜ਼ੀ ਹੋ ਗਿਆ ਅਰਸ਼ਦ ਭਾਈ ਅੱਜ ਦਾ ਜਾਨਵਰ ਬਹੁਤ ਪਿਆਰਾ ਤੇਰਾ ਸਾਫ਼ ਸੁਥਰਾ ਹੈ ਸੁੱਚਾ ਖਰਾ ਹੈ ਇਹ ਤਾਜ਼ਾ ਸੂਈਏ ਪਾਲ ਥੋੜ੍ਹੀ ਜਿਹੀ ਤਾਂ ਧੁੰਨ ਤੇ ਪਾਲ ਆਈ ਖੜੀ ਹੈ ਨਾ ਇਹ ਪਾਲ ਲੈ ਜਾਏਗੀ ਇੱਕ ਦੋ ਦਿਨਾਂ 'ਚ ਇਨਸ਼ਾਅੱਲਾ ਨਿੰਮ ਨਾਲ ਸ਼ਾਮੀ ਧੁੱਪ ਗਈ ਹਾਂ ਸ਼ਾਮੀ ਇਹਨੂੰ ਨਿੰਮ ਨਾਲ ਧੋ ਦੇਈ ਨਿੰਮ ਦੇ ਪਾਣੀ ਨਾਲ ਇਨਸ਼ਾਅੱਲਾ ਵੀਰਿਆ ਹੁਣ ਵੀ ਧੋਤੀ ਆਪਾਂ ਮਾਸ਼ਾਅੱਲਾ ਥਣਾਂ ਦੀ ਬਿਲਕੁਲ ਸੁੱਚੀ ਖਰੀ ਇਹ ਅਗਾੜੀ 'ਚ ਹੋਈ ਜਾਂਦਾ ਹੈ ਅਗਾੜੀ ਪਛਾੜੀ ਅੱਛਾ ਅਗਾੜੀ ਪਛਾੜੀ ਠੀਕ ਹੋ ਗਿਆ ਠੀਕ ਹੋ ਗਿਆ ਠੀਕ ਹੈ ਬਾਈ ਠੀਕ ਅਰਸ਼ਦ ਬਾਈ ਜਿਹੜਾ ਅੱਜ ਮੁੱਲ ਕਰਨਾ ਨਾ ਬਿਲਕੁਲ ਹੀ ਮੁਨਾਸਬ ਕਰਨਾ ਅੱਜ ਦੋਸਤ ਵੀਰਾਂ ਨੂੰ ਨਾ ਪਤਾ ਲੱਗ ਜਾਵੇ ਕਿ ਮੇਰਾ ਐਨੀਮਲ ਟੀਵੀ ਕੰਮ ਕਰਦਾ ਦੋਸਤਾਂ ਦੀ ਖਾਤਰ ਇਨਸ਼ਾਅੱਲਾ ਜੀ ਇਨਸ਼ਾਅੱਲਾ ਭਾਈ ਅਫਜ਼ਲ ਮਾਂ ਬਹੁਤ ਚੰਗੀ ਕਹਿੰਦੀ ਮਾਂ ਬਹੁਤ ਚੰਗੀ ਹੈ ਮਾਂ ਜਿਹੜੀ ਆਪ ਵੀ ਬੜੀ ਚੰਗੀ ਹੈ ਵੱਛੀ ਤਾਂ ਹੈਗੀ ਅਜੇ ਮਾਂ ਆਪ ਲੈਤਨ ਸੀ ਮਾਸ਼ਾਅੱਲਾ ਥਣਾਂ ਦੀ ਬਿਲਕੁਲ ਸਾਫ਼ ਹੈ ਦੂਸਰੇ ਦੋ ਥਣ ਚੋ ਦੂਸਰਾ ਚੋਵੇ ਨਾ ਹਾਂ ਦੂਸਰਿਆਂ ਦੀ ਤਾਰਾਂ ਮਾਰ ਅਸਲ ਤਾਂ ਮਕਸਦ ਹੁੰਦਾ ਥਣ ਪਾਸ ਕਰਾਉਣੇ ਪਹਿਲੀਆਂ ਤਾਰਾਂ ਦੇ ਕੋਈ ਬੋਲਾ ਮਿੰਨਾ ਨਹੀਂ ਹੁੰਦਾ ਜਾਂ ਬੋਲਾ ਆਪਾਂ ਕਿਹੜਾ ਵਹਾਣਾ ਹੁੰਦਾ ਸਹੀ ਹਾਂ ਮਾਸ਼ਾਅੱਲਾ ਥਣਾਂ ਦੀ ਸੁੱਚੀ ਅਰਸ਼ਦ ਭਾਈ ਇਨਸ਼ਾਅੱਲਾ ਜੀ ਉਹ ਬੱਚਾ ਚੰਗਾ ਚੰਗਾ ਫਿਰਿਆ ਨਾ ਤੇ ਮੈਂ ਆਖਿਆ ਫਿਰਦਾ ਰਹਿਣ ਦੇ ਫੁੱਲ ਆਈ ਜਾਣਾ ਇਹ ਪਿਛਲੇ ਥਣ ਚੋਂ ਦੁਬਾਰਾ ਧਾਰ ਮਾਰੇ ਨਾ ਤਸੱਲੀ ਨਾਲ ਹਾਂ ਨਹੀਂ ਮਾਸ਼ਾਅੱਲਾ ਸੋਹਣੀ ਤਾਰ ਨਹੀਂ ਉਹ ਨਾ ਮਾੜਾ ਜਿਹਾ ਫੜਨ ਦੇ ਵਿੱਚ ਤੇਰੇ ਫੜਾ ਤਾਰ ਸੋਹਣੀ ਹੈ ਮਾਸ਼ਾਅੱਲਾ ਕਿਉਂ ਬਿਰਲਾ ਮਾਸ਼ਾਅੱਲਾ ਬਹੁਤ ਦੂਰ ਤੱਕ ਹੈ ਨਾ ਹਾਂ ਨਹੀਂ ਨਹੀਂ ਸੋਹਣੀ ਆਵੇ ਕਿ ਨਾ ਹਾਂ ਸੋਹਣੀ ਤਾਰ ਹੈ ਮੈਨੂੰ ਇਸ ਤਰ੍ਹਾਂ ਲੱਗਿਆ ਸੀ ਜਿਸ ਤਰ੍ਹਾਂ ਫੁਹਾਰਾ ਆਉਂਦਾ ਪਿਆ ਮੈਂ ਤਾਂ ਕਿਹਾ ਸੀ ਤਸੱਲੀ ਨਾਲ ਵੀ ਦੁਬਾਰਾ ਮਾਰ ਫੁਹਾਰ ਫੂਰ ਕੋਈ ਨਹੀਂ ਮਾਸ਼ਾਅੱਲਾ ਸੋਹਣੀ ਤਾਰ ਸੁੱਚੀ ਹਾਂ ਮਾਸ਼ਾਅੱਲਾ ਵੇਖੋ ਅਰਸ਼ਦ ਭਾਈ ਠੀਕ ਹੋ ਗਿਆ ਰਾਜ਼ੀ ਹੋ ਗਿਆ ਮੈਂ ਬਸ ਕੋਈ ਲੋੜ ਨਹੀਂ ਚਵਾਈ ਕਰਨ ਦੀ ਮੇਰੀ ਪਰ ਜਦੋਂ ਮਰਜ਼ੀ ਕਰ ਲਈ ਹਾਂ ਮੇਰੀ ਪਰ ਜਦੋਂ ਮਰਜ਼ੀ ਕਰ ਲਈ ਚਾਰੇ ਥਣ ਸੁੱਚੇ ਤੇ ਖਰੇ ਮੈਂ ਦੂਸਰੀ ਸਾਈਡ ਤੋਂ ਵੀ ਆ ਕੇ ਵਹਾ ਦੇਣਾ ਦੋਸਤਾਂ ਮੇਰਾ ਪੂਰਾ ਮੁੱਠ ਦਾ ਥਾਣੇ ਆਵੇਗਾ ਸਿਰਫ ਉਹ ਮੋਟੇ ਤਾਂ ਲੱਗਦੇ ਸਨ ਵੀ ਥਣਾ ਦੁੱਧ ਸੀ ਹਾਂ ਪਿੱਛੇ ਹੋਵੇ ਨਾ ਮੈਂ ਥੱਲੋ ਵਹਾਵਾਂ ਵਿਰਲਾ ਥਣਾ ਦੀਆਂ ਮਾਸ਼ਾਅੱਲਾ ਸੋਹਣੀਆਂ ਲਾਟੂਆਂ ਰੰਗੇ ਥਣ ਮਾਸ਼ਾਅੱਲਾ ਬੜਾ ਸੋਹਣਾ ਥਣ ਲੈ ਅਰਸ਼ਦ ਬਾਈ ਚੋਣੀ ਹੋਵੇ ਤੇ ਬਾਅਦ ਚ ਚੋਲੀ ਮੇਰੀ ਪਰ ਜਿਵੇਂ ਮਰਜ਼ੀ ਕੇਂਦਰ ਆ ਤੇਰਾ ਇਮਤਿਹਾਨ ਲਈਏ ਫਿਰ ਇੱਥੇ ਬਹਿ ਕੇ ਇਮਤਿਹਾਨ ਦੇਣਾ ਬਹਿ ਕੇ ਦੇ ਬਹਿ ਕੇ ਲੈ ਚੱਲ ਤੂੰ ਚੋਈਆ ਨਾਲ ਅਸਲਾਮੁ ਅਲੈਕੁਮ ਕੀ ਹਾਲ ਹੈ ਤੇ ਮੇਰੇ ਵੱਲੇ ਵੇਖ ਅਸਲਾਮ ਜੀ ਸ਼ੁਕਰ ਅਲਹਮਦੁਲਿਲਾ ਠੀਕ ਠਾਕ ਅਰਸ਼ਦ ਭਾਈ ਅੱਲਾ ਦਾ ਬੜਾ ਕਰਮ ਹੈ ਰੱਬ ਦੀ ਰਹਿਮਤ ਅਰਸ਼ਦ ਭਾਈ ਵੈੜੀ ਤੇਰੀ ਵਹਾਤੀ ਦੋਸਤਾਂ ਵੀਰਾਂ ਨੂੰ ਬੜੀ ਸੋਹਣੀ ਇਨਸ਼ਾਅੱਲਾ ਅੱਲਾ ਤਾਲਾ ਨਜ਼ਰੇ ਬਾਤ ਤੋਂ ਬਚਾਏ ਸਾਫ਼ ਸੁਥਰੀ ਸਾਫ਼ ਸੁਥਰੀ ਸੁੱਚੀ ਤੇ ਖਰੀ ਸੁੱਚੀ ਤੇ ਖਰੀ ਜੀ ਮਾਸ਼ਾਅੱਲਾ ਆ 4 ਘੰਟੇ ਹੋ ਗਏ ਜੀ ਸੂਈ ਨੂੰ ਆ ਬੱਚਾ ਤੁਹਾਡੇ ਸਾਹਮਣੇ ਜੇਰ ਤੁਹਾਡੇ ਸਾਹਮਣੇ ਚੁਆਈ ਤੁਹਾਡੇ ਸਾਹਮਣੇ ਮੂੰਹ ਵੀ ਆਪਾਂ ਦਿਖਾਤੀ ਮੂੰਹ ਦੁਬਾਰਾ ਫੇਰ ਵਿਖਾ ਦਿਓ ਮੂੰਹ 4 ਦੰਦ 4 ਦੰਦ
ਪਹਿਲਾ ਵਾਰਾ ਸੂਈ ਤਸੱਲੀ ਨਾਲ ਅਸੀਲ ਸ਼ਰਾਫ, ਅਸੀਲ ਸ਼ਰਾਫ ਆ ਵੇਖ ਲਓ ਤੁਹਾਡੇ ਸਾਹਮਣੇ, ਕੋਈ ਮਸਲਾ ਮਸੈਲ ਨਹੀਂ, ਕੋਈ ਮਸਲਾ ਮਸੈਲ ਗਰੰਟੀ ਹੋਵੇਗੀ ਇੱਕ ਇੱਕ ਚੀਜ਼ ਦੀ, ਇੱਕ ਇੱਕ ਚੀਜ਼। ਬਾਕੀ ਪਹਿਲਣੇ ਦੁੱਧ ਕਰ ਜਾਵੇ 15 ਕਿਲੋ, ਹਾਂਜੀ ਦੁੱਧ ਕਰ ਜਾਵੇ, ਦੁੱਧ ਕਰ ਜਾਵੇ ਇਹ ਜਨਾਬ 17 ਲੀਟਰ, ਇਹ ਕਰ ਜਾਵੇ 12 ਲੀਟਰ। ਇੱਧਰ ਆ ਜਾਓ, ਇੱਥੇ ਆ ਜਾਓ, ਇੱਥੇ ਆ ਜਾਓ, ਦੁੱਧ ਕਰ ਜਾਵੇ ਜਿੰਨਾ ਵੀ ਇਹ, ਠੀਕ ਹੈ ਅਰਸ਼ਦ ਭਾਈ, ਇਸੇ ਤਰ੍ਹਾਂ ਹੀ ਹੈ ਨਾ, ਦੁੱਧ ਜਿੰਨਾ ਵੀ ਕਰ ਜਾਵੇ, ਜਿੱਥੇ ਪੈਰ ਜਮਾਏ ਨੇ ਉੱਥੇ ਖੜੀ ਹੋ, ਵੰਗਾ ਖੋਲ ਦੇ, ਵੰਗਾ ਖੋਲ ਦੇ ਅਰਸ਼ਦ ਭਾਈ, ਵੰਗਾ ਖੋਲ ਦੇ, ਮਾਸ਼ਾਅੱਲਾ। ਆ ਜਾਓ ਪਿੱਛੇ ਬੱਚਾ ਜੀ, ਪਿੱਛੇ ਬੱਚਾ, ਮਾਸ਼ਾਅੱਲਾ। ਅਰਸ਼ਦ ਭਾਈ ਗੱਲਾਂ ਸਾਰੀਆਂ ਬੜੀਆਂ ਸੋਹਣੀਆਂ ਤੂੰ ਕਰ ਲਈਆਂ ਨੇ, ਜਾਨਵਰ ਵੀ ਤੇਰਾ ਬਹੁਤ ਸੋਹਣਾ ਤੇ ਗੱਲ ਮੁੱਕਣੀ ਹੁਣ ਤੇਰੇ ਮੁੱਲ ਸੋਹਣੇ ਤੇ ਤੇ ਮੁੱਲ ਵੀ ਸੋਹਣਾ ਹੋਵੇ ਜਿਵੇਂ ਵਹਿੜੀ ਸੋਹਣੀ, ਵਹਿੜੀ ਵੀ ਸੋਹਣੀ ਹੈ, ਜਿੰਦੇ ਜਿੰਦੇ ਨਸੀਬ ਚ ਹੋਈ ਭਰਾ ਲੈ ਜਾਏਗਾ, ਬਿਲਕੁਲ ਸਹੀ ਗੱਲ, ਕੋਈ ਦਾਗ ਇੱਕ ਬਿਮਾਰੀ ਦਾ ਇੱਕ ਨਿਸ਼ਾਨ ਵੀ ਨਹੀਂ ਹੈਗਾ, ਬਿਲਕੁਲ ਸਹੀ ਗੱਲ, ਬਿਲਕੁਲ ਸਹੀ ਗੱਲ। ਜੈਨਮਨ ਕੋਨੀ ਹੋਵੇ ਕੋਈ ਸਿੰਘ ਸਾੜੇ ਜਾਂ ਵੱਡੇ ਜਾਂ ਕੱਢੇ ਉਹ ਵੀ ਰੌਲਾ ਨਹੀਂ, ਨਹੀਂ ਜੈਨਮਨ ਕੋਨੀ, ਜੈਨਮਨ ਭਾਈ ਜਾਨ ਕੋਨੀ ਜੀ, ਇਸੇ ਤਰ੍ਹਾਂ ਹੀ। ਮਗਰ ਬੱਚਾ ਹੈ, 4 ਘੰਟੇ ਹੋ ਗਏ ਸੂਈ ਨੂੰ, ਜੇਰ ਦੁਬਾਰਾ ਫੇਰ ਵਖਾ ਜੀ ਜੀ, ਇਸੇ ਤਰ੍ਹਾਂ, ਇਸੇ ਤਰ੍ਹਾਂ ਭਾਈ ਜਾਨ, ਥਣਾ ਦੀ ਕਲੀਅਰ ਹੈ ਜੀ, ਥਣਾ ਦੀ ਕਲੀਅਰ, ਹਾਂਜੀ ਬਿਲਕੁਲ। ਅਗਾਂ ਦੁੱਧ ਕੋਈ ਨਸੀਬ ਦਾ ਕੁਝ ਪਾਏ ਦਾ, ਲੇਕਿਨ ਜਿਹੜੀ ਅੱਲਾ ਦੇ ਘਰ ਚ ਮੀਂਹ ਦੇ ਨਜ਼ਰ ਆ ਰਹੀ ਹੈ, ਹਾਂਜੀ ਵਹਿੜੀ ਕਿੰਨਾ ਕੁ ਕਰੇ, ਤਕਰੀਬਨ 12 ਤੋਂ 14 ਲੀਟਰ, 12 ਤੋਂ 14 ਲੀਟਰ। ਬੜੀ ਸੋਹਣੀ ਗੱਲ ਕੀਤੀ ਅਰਸ਼ਦ ਭਾਈ, ਐਵੇਂ ਆਪਾਂ 18-20 ਆ ਕੇ, ਨਹੀਂ 15 ਅਰਸ਼ਦ ਭਾਈ ਗੱਲ ਸੋਹਣੀ ਕੀਤੀ, ਹਾਂਜੀ ਬੜੀ ਗੱਲ ਸੋਹਣੀ ਕੀਤੀ, 12 ਤੋਂ 14 ਲੀਟਰ ਦੇ ਚਾਂਸ ਹੈ ਨੇ, ਅੱਲਾ ਦੇ ਹੁਕਮ ਨਾਲ ਵਹਿੜੀ ਹੈ ਮੇਰੀ ਦੇਵੇਗੀ। ਹਾਂ ਬਾਕੀ ਜੇ ਇਹਦੀ ਕੋਈ ਇਹਦੇ ਕੋਈ ਖਿਆਲ ਰੱਖੇਗਾ ਨਾ, ਹਾਂਜੀ ਜਿੱਡੀ ਨਸਲ ਚੰਗੀ, ਹਾਂਜੀ ਪਿਓਰ ਸਹੀਵਾਲ ਦੇ ਵਿੱਚ ਤੇ ਇਹ ਜਾਨਵਰ ਨਹੀਂ ਲੱਭਦਾ, ਬਿਲਕੁਲ ਜੀ ਨਸੀਬਾਂ ਨਾਲ ਲੱਭਦਾ ਜੀ, ਮਿਹਨਤ ਕਰਨੀ ਪੈਂਦੀ। ਇਹ ਹੁਣ ਨਾ ਪਿਆਰ ਮੁਹੱਬਤ ਵਾਲਾ ਮੁੱਲ ਦੱਸ, 1,55,000 1,55,000 ਇਹ ਬਾਟਾ ਰੇਟ ਹੈ? ਨਹੀਂ ਜੀ ਬਾਟਾ ਰੇਟ ਤਾਂ ਨਹੀਂ, ਮੈਂ ਪਿਆਰ ਮੁਹੱਬਤ ਵਾਲਾ ਤੁਸੀਂ ਮੁੱਲ ਆਖਿਆ ਸੀ, ਮੈਂ ਵੀਰ ਮੇਰਾ ਕਰ ਦਿੱਤਾ, ਇਹਦੇ 'ਚ ਪਿਆਰ ਮੁਹੱਬਤ ਹੋ ਜਾਏ, ਇਨਸ਼ਾਅੱਲਾ ਜ਼ਰੂਰ ਕਰਾਂ। ਬੜੀ ਮਿਹਰਬਾਨੀ ਅਰਸ਼ਦ ਭਾਈ, ਅੱਲਾ ਤੈਨੂੰ ਖੁਸ਼ ਰੱਖੇ। ਲਓ ਜੀ 1,55,000 ਰੁਪਇਆ ਅੱਜ ਦੀ ਗਾਏ ਦਾ ਮੁੱਲ ਹੈ ਜਨਾਬ, ਅੱਜ ਦੀ ਗਾਏ ਦਾ ਮੁੱਲ ਨਹੀਂ, ਅੱਜ ਦੀ ਨਸਲ ਜ਼ਾਤ ਦਾ ਮੁੱਲ ਨਹੀਂ ਹੈ ਜਨਾਬ, ਸਿਰਫ ਗੋਸ਼ਤ ਦਾ ਮੁੱਲ ਲੈ ਰਹੇ ਹਾਂ ਜਨਾਬ, ਕਿਉਂਕਿ ਵਹਿੜੀ ਦੀ ਨਸਲ ਜ਼ਾਤ, ਵਹਿੜੀ ਦਾ ਜਿਸਮ, ਕੱਦ ਬੁੱਤ, ਹਾਈਟ ਔਰ ਹਵਾਨਾ ਲਿਬਾਸ, ਕਿਆ ਬਾਤ ਹੈ ਜਨਾਬ, ਤਾਜ਼ਾ ਸੂਈ, ਇਹਦਾ ਜਾਨਵਰ ਅਸੀਲ ਸ਼ਰਾਫ ਕਦੇ ਕਦੇ ਸਾਹਮਣੇ ਆਉਂਦਾ ਹੈ। ਬਾਕੀ ਜਨਾਬ ਮੇਰੀ ਅੱਜ ਵਾਲੀ ਵੀਡੀਓ ਦੋਸਤਾਂ ਵੀਰਾਂ ਨੂੰ ਪਸੰਦ ਆਵੇ, ਲਾਈਕ ਸਬਸਕ੍ਰਾਈਬ ਕਰਨਾ ਨਹੀਂ ਭੁੱਲਾਂ ਜਨਾਬ, ਫਿਰ ਮਿਲਾਂਗੇ ਇੱਕ ਅੱਛੀ ਵੀਡੀਓ ਅੱਛੀ ਗਾਇ ਦੇ ਨਾਲ, ਇਸ ਵੀਡੀਓ ਦੇ ਨਾਲ ਆਪਣੇ ਮੇਜ਼ਬਾਨ ਮੁਹੰਮਦ ਅਫਜ਼ਲ ਨੂੰ ਦਿਓ ਇਜਾਜ਼ਤ, ਪਾਕਿਸਤਾਨ ਜ਼ਿੰਦਾਬਾਦ।